ਤੁਸੀਂ ਹਮੇਸ਼ਾ ਸਿੱਧੂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਉਹ ਆਪਣੇ ਦਮ ਤੇ ਖੜਾ ਹੋਇਆ ਏ, ਪਰ ਖਬਰਾਂ ਮੁਤਾਬਿਕ ਕੈਨੇਡਾ ਦੀ ਕੁੜੀ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਏ ਕਿ ਉਹ ਆਪਣੇ ਦਮ ਤੇ ਨਹੀਂ ਸਗੋਂ ਉਸ ਕੁੜੀ ਦੇ ਦਮ ਤੇ ਖੜਾ ਹੋਇਆ ਏ। ਦੱਸ ਦਈਏ ਕਿ ਕੈਨੇਡਾ ਦੀ ਰਹਿਣ ਵਾਲੀ ਕਮਲਦੀਪ ਕੌਰ ਨੇ ਸਿੱਧੂ ਤੇ ਇਲਜ਼ਾਮ ਲਗਾਇਆ ਏ ਕਿ ਜਦੋਂ ਸਿੱਧੂ 2017 ਵਿੱਚ ਪਹਿਲੀ ਵਾਰ ਕੈਨੇਡਾ ਆਇਆ ਸੀ ਤਾਂ ਉਹ ਕਾਫ਼ੀ ਚੰਗੇ ਦੋਸਤ ਬਣ ਗਏ ਸੀ ਅਤੇ ਕਮਲਦੀਪ ਨੇ ਉਸ ਦੀ ਆਰਥਿਕ ਮਦਦ ਵੀ ਕੀਤੀ ਸੀ। ਇਸ ਵਿੱਚ ਦੋਨਾਂ ਦੇ ਵਿਆਹ ਦੀ ਗੱਲ ਵੀ ਚੱਲੀ ਸੀ ਜੋ ਕਿ ਸਿਰੇ ਨਾ ਚੜ ਸਕੀ, ਪਰ ਉਸ ਤੋਂ ਬਾਅਦ ਜਦੋਂ ਹੁਣ ਉਸਨੇ ਸਿੱਧੂ ਤੋਂ ਪੈਸੇ ਵਾਪਸ ਮੰਗੇ ਤਾਂ ਸਿੱਧੂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਤਹਿਤ ਕੁਲਦੀਪ ਕੌਰ ਨੇ ਇੱਕ ਮੋਬਾਈਲ ਨੰਬਰ ਵੀ ਦਰਜ ਕਰਵਾਇਆ ਏ ਜੋ ਕਿ ਇੰਗਲੈਂਡ ਦਾ ਦੱਸਿਆ ਜਾ ਰਿਹਾ ਏ, ਜਿਸ ਤੋਂ ਕੁਲਦੀਪ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਇਸ ਸੰਬੰਧੀ ਕੁਲਦੀਪ ਕੌਰ ਨੇ ਮੋਗਾ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇੱਕ ਕੰਪਲੇਂਟ ਆਈ ਹੈ ਐਨਮਰਾਈ ਲੜਕੀ ਦੀ ਸਿੱਧੂ ਮੂਸੇਵਾਲੇ ਦੇ ਖਿਲਾਫ। ਠੀਕ ਹੈ, ਕੀ ਕੰਪਲੇਂਟ ਆ ਜੀ ਔਰ ਕੌਣ ਕੰਪਲੇਂਟ ਕਰਨ ਵਾਲਾ ਹੈ? ਇਹ ਜਿਹੜੀ ਕੰਪਲੇਂਟ ਕਰਨ ਵਾਲੀ ਲੜਕੀ ਹੈ ਕਮਲਦੀਪ ਕੌਰ ਹੈ, ਕੈਨੇਡਾ ਦੀ ਵਾਸੀ ਹੈ, ਤਾਂ ਉਹਨੇ ਇਹ ਬਲੇਮ ਲਗਾਇਆ ਕਿ ਸਿੱਧੂ ਮੂਸੇਵਾਲੇ ਨਾਲ ਉਹਦੀ 2017 'ਚ ਮੁਲਾਕਾਤ ਹੋਈ ਸੀ ਕੈਨੇਡਾ ਵਿਖੇ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਉਹਨਾਂ ਦੇ ਵਧੀਆ ਰਿਲੇਸ਼ਨ ਰਹੇ, ਤਾਂ ਜਦੋਂ ਉਹਦੇ ਮਾਂ ਬਾਪ ਉੱਥੇ ਕੈਨੇਡਾ ਵਿੱਚ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਰਿਲੇਸ਼ਨ ਵਿਗੜ ਗਏ। ਕਿਸ ਤਰ੍ਹਾਂ ਰਿਲੇਸ਼ਨ ਸੀ ਇਹ ਤਾਂ ਹੁਣ ਲੜਕੀ ਹੀ ਦੱਸ ਸਕਦੀ ਹੈ ਵੀ ਉਹਦੇ ਰਿਲੇਸ਼ਨ ਕਿਸ ਤਰ੍ਹਾਂ ਦਾ ਸੀ, ਬਟ ਉਹਦੇ ਕੰਪਲੇਂਟ ਮੁਤਾਬਕ ਉਹਨੇ ਇਹ ਦੱਸਿਆ ਕਿ ਸਾਡੇ ਰਿਸ਼ਤੇ ਦੀ ਗੱਲ ਵੀ ਉਹਦੇ ਮਾਂ ਬਾਪ ਨੇ ਕੀਤੀ ਸੀ। ਕਿਹਦੇ ਮਾਂ ਬਾਪ ਨੇ ਰਿਸ਼ਤੇ ਦੀ ਗੱਲ ਕੀਤੀ? ਸਿੱਧੂ ਮੂਸੇਵਾਲੇ ਦੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਉਹ ਕਹਿੰਦੇ ਵੀ ਨਹੀਂ ਹੋਇਆ, ਇਹ ਗੱਲ ਸਿਰੇ ਨਹੀਂ ਲੱਗੀ, ਤਾਂ ਫਿਰ ਬਾਅਦ ਵਿੱਚ ਵੀ ਉਹ ਸਿੱਧੂ ਮੂਸੇਵਾਲੇ ਨੇ ਮਤਲਬ ਉਹਦੇ ਕਹਿਣ ਮੁਤਾਬਕ ਇੱਕ ਫੋਨ ਨੰਬਰ ਦਿੱਤਾ, ਉਹ ਜਿਹੜਾ ਦਰਖਾਸਤ ਵਿੱਚ ਮੈਂਸ਼ਨ ਹੈ ਉਹ ਅਸੀਂ ਟਰੇਸ ਕੀਤਾ ਕਿ ਇੰਗਲੈਂਡ ਦਾ ਨੰਬਰ ਹੈ। ਉਹਦੇ ਵਿੱਚ ਇਹ ਹੈ ਕਿ ਉਹਦੇ ਪ੍ਰਤੀ ਔਰ ਉਹਦੀ ਬੇਟੀ ਦੇ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਉਹਨਾਂ ਨੇ ਬੋਲੀ ਹੈ, ਮੈਸੇਜ ਵਗੈਰਾ ਦਿੱਤੇ ਹੈ, ਇਸ ਤਰ੍ਹਾਂ ਦਾ। ਲੜਕੀ ਵਿਆਹੀ ਹੋਈ ਹੈ ਜੀ? ਹਾਂ, ਲੜਕੀ ਵਿਆਹੀ ਹੋਈ ਹੈ ਪਹਿਲਾਂ ਆਲਰੇਡੀ, ਉਹਦੇ ਕੋਲ 8-9 ਸਾਲ ਦਾ ਬੱਚਾ ਹੈ, ਲੜਕੀ ਹੈ। ਨਹੀਂ ਇਹ ਨਹੀਂ ਪੱਕਾ ਕਿਹਾ ਜਾ ਸਕਦਾ, ਉਹਨੇ ਆਪਦੀ ਕੰਪਲੇਂਟ 'ਚ ਵੀ ਸਿੰਪਲੀ ਲਿਖਿਆ ਵੀ ਸਾਡੇ ਪਰਿਵਾਰਕ ਰਿਲੇਸ਼ਨ ਸੀ। ਮੈਮ ਇਹ ਲੜਕੀ ਨੇ ਮੋਗੇ ਹੀ ਕਿਉਂ NRI ਥਾਣੇ 'ਚ? ਇਹ ਮੋਗੇ ਇਲਾਕੇ ਨੂੰ ਬਿਲੋਂਗ ਕਰਦੀ ਹੈ ਲੜਕੀ, ਜਿਹੜੀ ਕਮਲਦੀਪ ਕੌਰ ਹੈ, ਕੈਨੇਡਾ ਵਿੱਚ ਰਹਿੰਦੀ ਹੈ। ਅਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਸਾਡੇ ਵੱਲੋਂ ਦੋਨਾਂ ਧਿਰਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ, ਸਿੱਧੂ ਮੂਸੇਵਾਲੇ ਪਰਿਵਾਰ ਨੂੰ ਵੀ, ਉਹਨਾਂ ਨੂੰ ਅਸੀਂ ਕਾਲ ਕੀਤੀ ਹੈ, ਉਹਨਾਂ ਦੀ ਡਿਟੇਲ ਵੀ ਆ ਰਹੀ ਹੈ ਸਿੱਧੂ ਮੂਸੇਵਾਲੇ ਵੱਲੋਂ, ਲੜਕੀ ਵੱਲੋਂ ਵੀ ਡਿਟੇਲ। ਧਮਕੀਆਂ ਵੀ ਦਿੱਤੀਆਂ ਗਈਆਂ ਨੇ? ਹਾਂ, ਧਮਕੀਆਂ ਦਿੱਤੀਆਂ, ਉਹੀ ਤਾਂ ਮੇਨ ਕੰਪਲੇਂਟ ਵਿੱਚ ਧਮਕੀਆਂ ਦਾ ਹੀ ਕਾਰਨ। ਮੈਮ ਇਹਨੇ ਕੋਈ ਆਪਦੀ ਕੰਪਲੇਂਟ ਲੜਕੀ ਨੇ ਲਿਖਿਆ ਵੀ ਸਿੱਧੂ ਮੂਸੇਵਾਲਾ ਉਹਦੇ ਕੋਲ ਕਦੋਂ ਕੈਨੇਡਾ ਗਿਆ ਜਾਂ ਕਿੰਨੀ ਦੇਰ ਉਹਦੇ ਕੋਲ ਰਿਹਾ, ਕੁਛ ਲਿਖਿਆ ਜੀ? ਨਹੀਂ, ਉਹਦੇ ਕੋਲ ਬਿਲਕੁਲ ਨਹੀਂ ਰਿਹਾ, ਉਹਨਾਂ ਨੇ ਇਹ ਲਿਖਿਆ ਵੀ ਨਹੀਂ ਗਾ। ਉਹ ਕਹਿੰਦੇ 2017 'ਚ ਇਹ ਵੀ ਸਟੂਡੈਂਟ ਆਇਆ ਸੀ ਇੱਥੇ ਅਤੇ ਮੈਂ ਵੀ ਸਟੂਡੈਂਟ ਆਈ ਸੀ, ਤਾਂ ਉਸੇ ਦੌਰਾਨ ਸਾਡੀ ਕੋਈ ਮੁਲਾਕਾਤ ਹੋਈ ਸੀ, ਤਾਂ ਸਾਡੀ ਇਸ ਤਰ੍ਹਾਂ ਹੀ ਜਾਣ ਪਛਾਣ ਹੋਈ। ਲੜਕੀ ਨੇ ਆਰਥਿਕ ਮਦਦ ਵੀ ਕੀਤੀ ਉਹ ਲਿਖਣ ਮੁਤਾਬਕ ਕੀਤੀ ਹੈ, ਕੰਪਲੇਂਟ ਵਿੱਚ ਉਹਨੇ ਦਰਜ ਕੀਤਾ ਕਿ ਅਸੀਂ ਮਦਦ ਵੀ ਮੈਂ ਆਪਦੀ ਕਰਦੀ ਰਹੀ ਹਾਂ। ਹੁਣ ਕੀ ਕਾਰਵਾਈ ਕੀ ਹੈ? ਜਦੋਂ ਤੱਕ ਫੋਨ ਬਾਰੇ ਨਹੀਂ ਕਲੀਅਰ ਹੋ ਜਾਂਦਾ ਉਦੋਂ ਤੱਕ ਕੋਈ ਵੀ ਰਿਜ਼ਲਟ ਸਾਹਮਣੇ ਨਹੀਂ। ਇਹ ਫੋਨ ਦਾ ਕੀ ਮਤਲਬ ਹੈ ਜੀ? ਫੋਨ ਤੋਂ ਧਮਕੀ ਆ ਰਹੀ ਹੈ? ਫੋਨ ਤੋਂ ਸਿੱਧੂ ਮੂਸੇਵਾਲ ਨੇ ਫੋਨ ਕੀਤਾ ਜਾਂ ਕੀ ਕੀਤਾ ਜੀ? ਨਹੀਂ, ਫੋਨ ਕੀਤਾ ਨਹੀਂ ਹੈ, ਜਿਹੜਾ ਲੜਕੀ ਨੇ ਨੰਬਰ ਮੈਂਸ਼ਨ ਕੀਤਾ ਹੈ ਦਰਖਾਸਤ ਵਿੱਚ, ਉਹ ਇਹ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਿੱਧੂ ਮੂਸੇਵਾਲੇ ਦਾ ਫੋਨ ਸੀ, ਬਟ ਉਹ ਅਸੀਂ ਸਾਈਬਰ ਕ੍ਰਾਈਮ ਨੂੰ ਭੇਜਾਂਗੇ, ਉਸ ਤੋਂ ਪਤਾ ਲੱਗੇਗਾ ਇੰਗਲੈਂਡ ਦਾ ਨੰਬਰ। ਇੰਗਲੈਂਡ ਦਾ ਨੰਬਰ, ਇੰਗਲੈਂਡ ਦਾ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇੱਕ ਨਾਮਵਰ ਗਾਇਕ ਹੈ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਸੱਚ ਕੀ ਹੈ। ਸਿੱਧੂ ਮੂਸੇਵਾਲੇ ਨੇ ਹੀ ਧਮਕੀਆਂ ਦਿੱਤੀਆਂ ਨੇ ਜਾਂ ਫਿਰ ਕੋਈ ਉਸ ਨੂੰ ਫਸਾਉਣ ਦੀ ਸਾਜ਼ਿਸ਼ ਕਰ ਰਿਹਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਰੰਗਲਾ ਟੀਵੀ।